ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਟੈਰਟ ਕਾਰਡ ਰੀਡਿੰਗ ਦੇ ਉੱਤੇ ਆਧਾਰਿਤ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਇਹ ਰੀਡਿੰਗ 99% ਐਕੂਰੇਟ ਹੁੰਦੀ ਹੈ, ਪਰ ਇਹ ਇੱਕ ਜਨਰਲ ਰੀਡਿੰਗ ਹੈ। ਹੋ ਸਕਦਾ ਹੈ ਤੁਹਾਨੂੰ ਰੈਜ਼ੋਨੇਟ ਕਰੇ, ਹੋ ਸਕਦਾ ਹੈ ਤੁਹਾਨੂੰ ਰੈਜ਼ੋਨੇਟ ਨਾ ਕਰੇ। ਤੇ ਚਲੋ ਜੀ, ਅੱਜ ਦੀ ਵੀਡੀਓ ਵਿੱਚ ਤੁਸੀਂ ਕੀ ਕਰਨਾ ਹੈ, ਤੁਹਾਨੂੰ 4 ਨੰਬਰ ਵੀਡੀਓ ਦੀ ਸਕਰੀਨ ਤੇ ਦਿਖਾਈ ਦੇ ਰਹੇ ਹਨ। ਤੁਸੀਂ ਜਿਸ ਬੰਦੇ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਸਕਦਾ ਹੈ ਨਾ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਇਸ ਬੰਦੇ ਦੇ ਮਨ ਵਿੱਚ ਕੀ ਹੈ, ਪਰ ਉਹ ਤੁਹਾਨੂੰ ਪਤਾ ਨਹੀਂ ਲੱਗ ਪਾਉਂਦਾ। ਤੇ ਅੱਜ ਦੀ ਵੀਡੀਓ ਵਿੱਚ ਜੇਕਰ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਇਸ ਇਨਸਾਨ ਦੇ ਦਿਮਾਗ ਵਿੱਚ, ਦਿਲ ਦਿਮਾਗ ਵਿੱਚ ਮੇਰੇ ਬਾਰੇ ਕੀ ਚੱਲ ਰਿਹਾ ਹੈ, ਕੀ ਉਹ ਸੋਚ ਰਿਹਾ ਹੈ ਤੁਹਾਡੇ ਬਾਰੇ, ਤਾਂ ਤੁਸੀਂ ਅੱਜ ਦੀ ਆਪਣੇ ਇਸ ਸਵਾਲ ਦਾ ਜਵਾਬ ਅੱਜ ਦੀ ਵੀਡੀਓ ਵਿੱਚ ਪਾ ਸਕਦੇ ਹੋ, ਪਰਮਾਤਮਾ ਕੋਲੋਂ ਪੁੱਛ ਸਕਦੇ ਹੋ। ਬਸ ਸ਼ਰਤ ਇੰਨੀ ਹੈ ਕਿ ਕੋਈ ਚੀਟਿੰਗ ਨਹੀਂ ਕਰਨੀ ਹੈ। ਅੱਖਾਂ ਬੰਦ ਕਰਕੇ ਪਹਿਲੇ ਹੀ ਜਦੋਂ ਮੈਂ ਰੀਡਿੰਗ ਸ਼ੁਰੂ ਕਰਾਂਗੀ, ਉਸ ਤੋਂ ਪਹਿਲੇ ਹੀ ਤੁਸੀਂ ਨੰਬਰ ਵੀ ਚੁਣ ਲੈਣਾ ਹੈ ਤੇ ਉਸ ਇਨਸਾਨ ਦਾ ਨਾਮ ਅੱਖਾਂ ਬੰਦ ਕਰਕੇ ਚੁਣ ਲੈਣਾ ਹੈ, ਠੀਕ ਹੈ। ਆਪਣੀ ਐਨਰਜੀ ਜ਼ਰੂਰ ਪਾਣੀ ਹੈ, ਸਾਡੀ ਵੀ ਐਨਰਜੀ ਇਸ ਵਿੱਚ ਬੜੀ ਲੱਗਦੀ ਹੈ ਜੀ, ਤਾਂ ਹੀ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਸਕੇਗਾ। ਤੁਸੀਂ ਚਾਹੋ ਤਾਂ ਅੱਜ ਦੀ ਰੀਡਿੰਗ ਵਿੱਚ 4 ਇਨਸਾਨ, ਹਾਂਜੀ 4 ਬੰਦਿਆਂ ਦੇ ਬਾਰੇ ਵਿੱਚ ਵੀ ਪੁੱਛ ਸਕਦੇ ਹੋ। ਜੇਕਰ ਤੁਹਾਨੂੰ 4 ਬੰਦਿਆਂ ਦੇ ਬਾਰੇ ਪੁੱਛਣਾ ਹੈ, ਤਾਂ ਤੁਸੀਂ ਹਰ ਇੱਕ ਬੰਦੇ ਦਾ ਅਲੱਗ ਅਲੱਗ ਨਾਮ ਪਹਿਲੇ ਹੀ ਸੋਚਣਾ ਹੈ, ਠੀਕ ਹੈ, ਅੱਖਾਂ ਬੰਦ ਕਰਕੇ। ਤੇ ਚਲੋ ਜੀ, ਮੈਂ ਸ਼ੁਰੂ ਕਰਨ ਵਾਲੀ ਹਾਂ, ਜਲਦੀ ਤੋਂ ਸਾਰੇ ਅੱਖਾਂ ਬੰਦ ਕਰ ਲਓ। ਜਿਸ ਨੇ ਇੱਕ ਬੰਦੇ ਦੇ ਬਾਰੇ ਪੁੱਛਣਾ ਹੈ, ਉਹ ਕੋਈ ਵੀ ਇੱਕ ਨੰਬਰ ਚੁਣ ਲਓ। ਜਿਨ੍ਹਾਂ ਨੇ 2 ਬਾਰੇ ਪੁੱਛਣਾ ਹੈ, ਉਹ 2 ਨੰਬਰ ਚੁਣ ਲਵੋ। ਜਿਨ੍ਹਾਂ ਨੇ 4 ਪੁੱਛਣਾ ਹੈ, 4, ਪਰ ਨਾਮ ਪਹਿਲੇ ਹੀ ਸੋਚ ਲਵੋ ਜੀ। ਤੇ ਚਲੋ ਜੀ, ਸ਼ੁਰੂਆਤ ਕਰਦੇ ਹਾਂ ਕਿ ਤੁਹਾਡੇ ਬਾਰੇ ਕੋਈ ਇਨਸਾਨ ਸੋਚ ਰਿਹਾ ਹੈ। ਤੇ ਸ਼ੁਰੂਆਤ ਕਰਦੇ ਹਾਂ ਜਿਨ੍ਹਾਂ ਨੇ ਨੰਬਰ 1 ਚੁਣਿਆ ਹੈ, ਉਹ ਇਨਸਾਨ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ। ਦੇਖੋ ਜੀ, ਜਿਹੜਾ ਇੱਥੇ ਕਾਰਡ ਆਇਆ ਹੈ, ਉਹ ਇਹ ਦੱਸ ਰਿਹਾ ਹੈ ਕਿ ਉਹ ਇਨਸਾਨ ਤੁਹਾਡੇ ਬਾਰੇ ਸੋਚ ਰਿਹਾ, ਤੁਹਾਡੇ ਬਾਰੇ ਨਾ ਉਹ ਭ੍ਰਮਿਤ ਹੈ। ਉਹਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਜਾਂਦੇ ਹੋ, ਜਦੋਂ ਕਿ ਉਸ ਦੇ ਬਾਰੇ ਕੋਈ ਜਦੋਂ ਟੌਪਿਕ ਨਿਕਲੇਗਾ ਜਾਂ ਉਹਦੇ ਬਾਰੇ ਕੋਈ ਗੱਲ ਆਏਗੀ, ਤਾਂ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਓਗੇ। ਇਸ ਤਰ੍ਹਾਂ ਹੁੰਦਾ ਨਾ ਕਈ ਵਾਰੀ ਕਿ ਸਾਨੂੰ ਕੋਈ ਚੀਜ਼ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਜਾਂ ਕੋਈ ਅੱਛੀ ਮਿਲਦੀ ਹੈ, ਤਾਂ ਪਰਿਵਾਰ ਦੇ ਲੋਕ, ਜਿਵੇਂ ਕਿ ਤੁਹਾਡੀ ਰਿਲੇਸ਼ਨਸ਼ਿਪ ਦੀ ਗੱਲ ਕਰੀਏ, ਜੇ ਪਰਿਵਾਰ ਦੇ ਲੋਕ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ, ਹੈ ਨਾ, ਤੇ ਤੁਸੀਂ ਉਹਨਾਂ ਦੀ ਗੱਲਾਂ ਵਿੱਚ ਆ ਸਕਦੇ ਹੋ। ਐਸਾ ਉਹ ਇਨਸਾਨ ਤੁਹਾਡੇ ਬਾਰੇ ਸੋਚ ਰਿਹਾ ਹੈ, ਕਿਉਂਕਿ ਇੱਥੇ ਕਾਰਡ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਜੋ ਹੋਣਾ ਕਿ ਬਾਹਰੀ, ਮਤਲਬ ਬਾਹਰੀ ਦਿਖਾਵਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ, ਹੈ ਨਾ। ਤੁਹਾਡਾ ਪਰਸਨ ਜੋ ਹੈ ਤੁਹਾਡੇ ਬਾਰੇ ਸੋਚ ਰਿਹਾ ਹੈ ਕਿ ਜਦੋਂ ਡਿਸੀਜ਼ਨ, ਫੈਸਲਾ ਲੈਣ ਦੀ ਦਾ ਸਮਾਂ ਆਉਂਦਾ ਹੈ, ਤਾਂ ਤੁਹਾਨੂੰ ਬੜੀ ਮੁਸ਼ਕਿਲ ਹੁੰਦੀ ਹੈ, ਕਿਉਂਕਿ ਤੁਹਾਡੇ ਕੋਲ ਆਪਸ਼ਨ ਦੀ ਕੋਈ ਕਮੀ ਨਹੀਂ ਹੈ, ਕਿਉਂਕਿ ਤੁਹਾਨੂੰ ਇੱਥੇ ਦਿਖਾਈ ਵੀ ਦੇ ਰਿਹਾ ਹੈ ਕਿ ਤੁਹਾਨੂੰ ਫੈਸਲਾ ਲੈਣ ਦੇ ਵਿੱਚ ਬੜੀ ਪਰੇਸ਼ਾਨੀ ਹੁੰਦੀ ਹੈ। ਇਹ ਤਾਂ ਹੋ ਗਈ ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਤੁਸੀਂ ਪਤਾ ਕਿਸ ਤਰ੍ਹਾਂ ਦੇ ਇਨਸਾਨ ਹੋ, ਤੁਸੀਂ ਆਪਣੇ ਦੁੱਖ ਨੂੰ ਨਾ ਛੁਪਾਉਂਦੇ ਹੋ, ਤੁਸੀਂ ਆਪਣੇ ਮਨ ਦੀ ਗੱਲ ਵੀ ਕਿਸੇ ਨੂੰ ਦੱਸਦੇ ਨਹੀਂ ਹੋ। ਤੁਹਾਨੂੰ ਲੱਗਦਾ ਹੈ ਕਿ ਸਾਹਮਣੇ ਵਾਲਾ ਮੈਨੂੰ ਨਹੀਂ ਪਹਿਚਾਨ ਪਾਏਗਾ ਕਿ ਮੇਰੇ ਦਿਲ ਵਿੱਚ ਕੀ ਹੈ, ਪਰ ਸਾਹਮਣੇ ਵਾਲੇ ਨੂੰ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕੁਝ ਛੁਪਾ ਰਹੇ ਹੋ, ਕਿਉਂਕਿ ਸਾਹਮਣੇ ਵਾਲਾ ਬੰਦਾ ਤੁਹਾਡੇ ਬਾਰੇ ਸਮਝ ਰਿਹਾ ਹੈ। ਇੱਥੇ ਕਾਰਡ ਦੱਸ ਰਿਹਾ ਹੈ ਕਿ ਤੁਸੀਂ ਆਪਣਾ ਦੁੱਖ ਤੁਹਾਡੇ ਅੰਦਰ ਹੈ, ਤੁਸੀਂ ਉਹ ਵੀ ਨਹੀਂ ਦੱਸਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਕਿਸੇ ਦੀ ਕਹੀ ਹੋਈ ਚੀਜ਼ ਜੇਕਰ ਬੁਰੀ ਲੱਗ ਜਾਂਦੀ ਹੈ, ਉਹ ਵੀ ਤੁਸੀਂ ਕਿਸੇ ਨੂੰ ਨਹੀਂ ਦੱਸਦੇ ਹੋ, ਨਾ ਹੀ ਤੁਸੀਂ ਤੁਹਾਡੀ ਬੋਲੀ ਹੋਈ ਚੀਜ਼ ਵੀ ਕਿਸੇ ਨੂੰ ਬੁਰੀ ਲੱਗੇਗੀ, ਜਿਸ ਵੇਲੇ ਬੋਲਣਾ ਚਾਹੀਦਾ ਉਸ ਵੇਲੇ ਤੁਸੀਂ ਨਹੀਂ ਬੋਲੋਗੇ।
ਇਸ ਤਰ੍ਹਾਂ ਦਾ ਇਨਸਾਨ ਉਹ ਤੁਹਾਨੂੰ ਸਮਝਦੇ ਹਨ, ਤੁਹਾਨੂੰ ਬਹੁਤ ਜ਼ਿਆਦਾ ਮਿਹਨਤੀ ਵੀ ਸਮਝਦੇ ਹਨ। ਇਸ ਤਰ੍ਹਾਂ ਨਹੀਂ ਹੈ ਕਿ ਉਹ ਤੁਹਾਨੂੰ ਕੁਝ ਅਲੱਗ ਕਿਸਮ ਦਾ ਇਨਸਾਨ ਸਮਝਦੇ ਹਨ, ਤੁਸੀਂ ਮਿਹਨਤੀ ਹੋ ਇਹ ਵੀ ਉਹ ਸਮਝਦੇ ਹਨ, ਤੇ ਇਸ ਦੇ ਨਾਲ ਨਾਲ ਬਸ ਉਹਨਾਂ ਨੂੰ ਉਹਨਾਂ ਦੇ ਮਨ ਵਿਚ ਇਹ ਹੈ ਕਿ ਜਦੋਂ ਫੈਸਲਾ ਲੈਣ ਦਾ ਸਮਾਂ ਆਉਂਦਾ ਹੈ ਤਾਂ ਤੁਸੀਂ ਉਹ ਸਹੀ ਫੈਸਲਾ ਨਹੀਂ ਲੈ ਪਾਉਂਦੇ ਹੋ, ਲੋਕਾਂ ਦੀ ਗੱਲਾਂ ਵਿਚ ਆ ਜਾਂਦੇ ਹੋ, ਤੁਸੀਂ ਬਹੁਤ ਕਨਫਿਊਜ਼ ਟਾਈਪ ਦੇ ਪਰਸਨ ਹੋਵੋਗੇ। ਇਸ ਟਾਈਪ ਦਾ ਤੁਹਾਡਾ ਉਹ ਇਨਸਾਨ ਵੀ ਤੁਹਾਡੇ ਬਾਰੇ ਸੋਚਦਾ ਹੈ, ਤੁਹਾਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਕਿ ਬਹੁਤ ਚੀਜ਼ਾਂ ਨੂੰ ਸੋਚਦੇ ਹੋ, ਓਵਰ ਥਿੰਕਿੰਗ ਕਰਦੇ ਹੋ, ਫੈਸਲਾ ਲੈਣ ਦੇ ਸਮੇਂ ਤੁਹਾਨੂੰ ਸਮਝ ਨਹੀਂ ਆਉਂਦਾ ਹੈ ਕਿ ਮੈਂ ਕੀ ਕਿਹੜਾ ਫੈਸਲਾ ਲਵਾਂ। ਤਾਂ ਫਿਰ ਇਹਦੇ ਨਾਲ ਕੀ ਹੁੰਦਾ ਨਾ ਕਿ ਜਦੋਂ ਤੁਸੀਂ ਮੂਵ ਔਨ ਕਰਦੇ ਹੋ ਜਾਂ ਫਿਰ ਤੁਸੀਂ ਲੋਕਾਂ ਨਾਲ ਗੱਲ ਕਰਨੀ ਬੰਦ ਕਰ ਦਿੰਦੇ ਹੋ ਜਾਂ ਆਪਣੇ ਆਪ ਨੂੰ ਅਲੱਗ ਕਰ ਲੈਂਦੇ ਹੋ, ਤਾਂ ਇਸ ਤਰ੍ਹਾਂ ਦਾ ਉਹ ਇਨਸਾਨ ਤੁਹਾਨੂੰ ਸਮਝਦੇ ਹਨ। ਨੈਗੇਟਿਵ ਨਹੀਂ ਨਿਕਲਿਆ ਹੈ ਤੁਹਾਡੇ ਬਾਰੇ, ਪੋਜ਼ਿਟਿਵ ਹੈ ਪਰ ਕੁਝ ਕਮੀਆਂ ਹਨ, ਇਸ ਤਰ੍ਹਾਂ ਦਾ ਉਹ ਇਨਸਾਨ ਤੁਹਾਡੇ ਬਾਰੇ ਸੋਚਦੇ ਹਨ। ਐਸੀ ਇੱਕ ਨੰਬਰ ਦਾ ਜਿਨ੍ਹਾਂ ਨੇ ਕਾਰਡ ਚੁਣਿਆ ਸੀ ਉਹਨਾਂ ਵਾਸਤੇ ਇਹ ਰੀਡਿੰਗ ਜੇ ਸਹੀ ਹੈ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਜੀ। ਤੇ ਚਲੋ ਜੀ, ਹੁਣ ਕਰਦੇ ਹਾਂ ਜਿਨ੍ਹਾਂ ਨੇ ਨੰਬਰ 2 ਦਾ ਕਾਰਡ ਚੁਣਿਆ ਹੈ, ਦੇਖਦੇ ਹਾਂ ਉਹ ਇਨਸਾਨ ਤੁਹਾਡੇ ਬਾਰੇ ਕੀ ਸੋਚਦਾ ਹੈ, ਉਹਦੇ ਦਿਮਾਗ ਵਿੱਚ ਤੁਹਾਡੇ ਵਾਸਤੇ ਕੀ ਸੋਚ ਹੈ। ਓਕੇ, ਤਾਂ ਦੇਖੋ ਜੀ, ਜਿਨ੍ਹਾਂ ਨੇ 2 ਨੰਬਰ ਚੁਣਿਆ ਹੈ ਤਾਂ ਉਹ ਇਨਸਾਨ ਤੁਹਾਡੇ ਬਾਰੇ ਸੋਚਦਾ ਹੈ ਕਿ ਤੁਸੀਂ ਆਪਣੀ ਲਾਈਫ ਵਿੱਚ ਨਾ ਬਹੁਤ ਦੁੱਖ ਦੇਖੇ ਹਨ, ਬਹੁਤ ਸਟਰਗਲ ਕੀਤਾ ਹੈ, ਇਹ ਉਸ ਇਨਸਾਨ ਨੂੰ ਪਤਾ ਹੈ। ਤਾਂ ਇਸ ਵੇਲੇ ਹੁਣ ਉਹ ਚਾਹ ਰਹੇ ਹਨ ਕਿ ਪਰਮਾਤਮਾ ਦੇ ਅੱਗੇ ਪ੍ਰੇਅਰ ਕਰਦੇ ਹਨ, ਅਰਦਾਸ ਕਰਦੇ ਹਨ ਕਿ ਬਹੁਤ ਦੁੱਖ ਦੇਖ ਲਿੱਤੇ ਹਨ ਇਸ ਇਨਸਾਨ ਨੇ, ਹੁਣ ਇਹਦੇ ਜੀਵਨ ਵਿੱਚ ਕੁਝ ਪਰਿਵਰਤਨ ਆਉਣਾ ਚਾਹੀਦਾ, ਕੁਝ ਅੱਛਾ ਹੋਣਾ ਚਾਹੀਦਾ ਹੈ। ਸੋ ਇਹ ਇਨਸਾਨ ਤਾਂ ਤੁਹਾਡੇ ਅੱਛੇ ਦੇ ਲਈ ਈਸ਼ਵਰ ਤੋਂ ਪ੍ਰਾਰਥਨਾ ਕਰ ਰਹੇ ਹਨ, ਇਹ ਚੀਜ਼ ਤਾਂ ਦਿਖ ਗਈ ਹੈ ਸ਼ੁਰੂਆਤ ਵਿੱਚ ਹੀ। ਇਹ ਇਨਸਾਨ ਨਾ ਤੁਹਾਡੇ ਵੱਲ ਆਉਣਾ ਚਾਹੁੰਦੇ ਹਨ, ਤੁਹਾਡੇ ਨਾਲ ਹੱਥ ਅੱਗੇ ਕਰਨਾ ਚਾਹੁੰਦੇ ਹਨ, ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ। ਇਹ ਇਨਸਾਨ ਨਾ ਤੁਹਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਹਨ, ਇਹ ਇੰਤਜ਼ਾਰ ਕਰ ਰਹੇ ਹਨ ਕਿ ਕਦੀ ਤੁਹਾਨੂੰ ਕਿਸੇ ਵੇਲੇ ਕੋਈ ਲੋੜ ਪਵੇ ਤਾਂ ਇਹ ਤੁਹਾਡੇ ਉਸ ਵੇਲੇ ਕੰਮ ਆਉਣ। ਉਹਨਾਂ ਨੂੰ ਤੁਹਾਡੀ ਬੜੀ ਫਿਕਰ ਰਹਿੰਦੀ ਹੈ ਕਿ ਤੁਹਾਡੇ ਕੋ ਤੁਹਾਡੀ ਲਾਈਫ ਵਿੱਚ ਬੜੇ ਦੁੱਖ ਹਨ, ਉਹਨਾਂ ਨੂੰ ਪਤਾ ਕਿ ਕਦੀ ਤੁਸੀਂ ਕਿਸੇ ਦਾ ਗਲਤ ਨਹੀਂ ਕੀਤਾ ਹੈ, ਇਹ ਜੋ ਵੀ ਸਭ ਹੋ ਰਿਹਾ ਹੈ ਪਾਸਟ ਦੀ ਲਾਈਫ ਦੇ ਕਰਮ ਹਨ ਜੋ ਤੁਹਾਨੂੰ ਹੁੰਦਾ ਹੈ ਨਾ, ਕਈ ਵਾਰੀ ਆਪਾਂ ਪਾਸਟ ਆਪਣੀ ਪਿਛਲੇ ਜਨਮ ਵਿੱਚ ਕੁਝ ਕਰਮ ਕਰਕੇ ਆਉਂਦੇ ਹਾਂ ਤਾਂ ਇਸ ਜਨਮ ਸਾਨੂੰ ਉਹ ਆਪਣੇ ਕਰਮ ਭੋਗਣੇ ਹੀ ਪੈਂਦੇ ਹਨ। ਤੁਹਾਡੇ ਪਰਸਨ ਨੂੰ ਲੱਗਦਾ ਹੈ ਕਿ ਹਮੇਸ਼ਾ ਮੈਂ ਤੁਹਾਡੇ ਵਾਸਤੇ ਅਵੇਲੇਬਲ ਹਾਂ, ਕਦੀ ਵੀ ਤੁਹਾਨੂੰ ਕੋਈ ਲੋੜ ਪਵੇ ਤਾਂ ਉਹ ਸੋਚਦੇ ਹਨ ਆਪਣੇ ਮਨ ਵਿੱਚ ਕਿ ਮੈਨੂੰ ਇੱਕ ਫੋਨ ਕਰੋ, ਮੈਂ ਹਮੇਸ਼ਾ ਤੁਹਾਡੀ ਮਦਦ ਵਾਸਤੇ ਤਿਆਰ ਖੜਾ, ਜਾਂ ਫਿਰ ਤੁਹਾਡੇ ਸੁੱਖ ਦੁੱਖ ਵਿੱਚ ਹਮੇਸ਼ਾ ਤੁਹਾਡੇ ਨਾਲ ਖੜੇ ਹਨ, ਇਸ ਤਰ੍ਹਾਂ ਦੇ ਸੋਚਦੇ ਹਨ। ਨਾਲ ਦੇ ਨਾਲ ਉਹ ਪਰਸਨ ਤੁਹਾਡੇ ਬਾਰੇ ਇਹ ਸੋਚਦੇ ਹਨ ਕਿ ਤੁਸੀਂ ਜੋ ਵੀ ਤੁਹਾਡੀ ਲਾਈਫ ਵਿੱਚ ਦੁੱਖ ਆ ਰਹੇ ਹਨ ਤੁਸੀਂ ਆਪਣੇ ਆਪ ਹੀ ਉਹਨਾਂ ਦੇ ਨਾਲ ਲੜਦੇ ਹੋ, ਉਹਨਾਂ ਨੂੰ ਠੀਕ ਕਰਦੇ ਹੋ। ਉਹਨਾਂ ਤੁਹਾਨੂੰ ਬੜਾ ਹੀ ਇਕੱਲਾ ਤੇ ਮਾਯੂਸ ਜਿਹਾ ਇਨਸਾਨ ਦੇਖਦੇ ਹਨ ਤੇ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਕਿਉਂਕਿ ਤੁਸੀਂ ਆਪਣੀ ਲਾਈਫ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਐਸਾ ਫੇਸ ਕੀਤਾ ਹੈ ਜਿਸ ਦੇ ਨਾਲ ਤੁਸੀਂ ਬੜੇ ਪਰੇਸ਼ਾਨ ਰਹਿੰਦੇ ਹੋ, ਹੈ ਨਾ, ਮਾਯੂਸ ਰਹਿੰਦੇ ਹੋ, ਪਰ ਇੰਨਾ ਦਿਖਾਈ ਦੇ ਰਿਹਾ ਹੈ ਇਸ ਕਾਰਡ ਵਿੱਚ ਕਿ ਤੁਸੀਂ ਬੜੇ ਹੀ ਅੱਛੇ ਇਨਸਾਨ ਹੋ। ਤੇ ਇਸ ਕਰਕੇ ਜੋ ਤੁਹਾਡਾ ਇਨਸਾਨ ਹੈ ਨਾ ਜਿਹਦੇ ਬਾਰੇ ਤੁਸੀਂ ਪੁੱਛ ਰਹੇ ਹੋ, ਤਾਂ ਉਹ ਚਾਹੁੰਦਾ ਹੈ ਕਿ ਇਹੋ ਜਿਹਾ ਇਨਸਾਨ ਜੋ ਕਿ ਬੜਾ ਅੱਛਾ ਹੈ, ਕਿਸੇ ਦਾ ਉਸਨੇ ਬੁਰਾ ਨਹੀਂ ਕੀਤਾ ਹੈ, ਤਾਂ ਉਸ ਨੂੰ ਕਦੀ ਕੋਈ ਤਕਲੀਫ ਹੋਵੇ ਤਾਂ ਮੈਂ ਉਸਦੇ ਨਾਲ ਖੜਾ ਰਵਾਂ ਜਾਂ ਖੜੀ ਰਵਾਂ।
ਸੋ ਇੰਨਾ ਤਾਂ ਦਿਖਾਈ ਦੇ ਗਿਆ ਹੈ ਕਿ ਇਹ ਇਨਸਾਨ ਤੁਹਾਡੇ ਨਾਲ ਬਹੁਤ ਜ਼ਿਆਦਾ ਤੁਹਾਡੀ ਕੇਅਰ ਕਰਦੇ ਹੈ, ਬਹੁਤ ਪਿਆਰ ਕਰਦੇ ਹੈ ਅਤੇ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਸੁੱਖ ਦੁੱਖ ਵਿੱਚ ਤੁਹਾਡੇ ਵਾਸਤੇ ਤਿਆਰ ਹੈ, ਤੁਹਾਡੀ ਮਦਦ ਵਾਸਤੇ, ਤੁਹਾਡੀ ਹੈਲਪ ਵਾਸਤੇ। ਇਹ ਇਨਸਾਨ ਕੋਈ ਵੀ ਹੋ ਸਕਦਾ ਹੈ, ਤੁਹਾਡਾ ਲਾਈਫ ਪਾਰਟਨਰ ਹੋ ਸਕਦਾ ਹੈ, ਸੋਲਮੇਟ ਹੋ ਸਕਦਾ ਹੈ, ਤੁਹਾਡਾ ਬੁਆਏਫ੍ਰੈਂਡ, ਗਰਲਫ੍ਰੈਂਡ ਜਾਂ ਫਿਰ ਕੋਈ ਵੀ ਵਿਅਕਤੀ ਜੋ ਤੁਹਾਨੂੰ ਪਿਆਰ ਕਰਦਾ ਹੈ। ਅਤੇ ਤੁਸੀਂ ਕਿਸ ਇਨਸਾਨ ਦੇ ਵਾਸਤੇ ਇਹ ਰੀਡਿੰਗ ਪੁੱਛੀ ਸੀ, ਕਿਸ ਦਾ ਧਿਆਨ ਕਰਕੇ, ਤੇ ਕਮੈਂਟ ਵਿੱਚ ਜ਼ਰੂਰ ਦੱਸਣਾ। ਓਕੇ, ਤੇ ਚਲੋ ਜੀ, ਹੁਣ ਦੇਖਦੇ ਹਾਂ ਜਿਨ੍ਹਾਂ ਨੇ 3 ਨੰਬਰ ਚੁਣਿਆ ਹੈ ਤੇ ਉਹ ਇਨਸਾਨ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਜਾਂ ਤੁਹਾਡੇ ਬਾਰੇ ਕੀ ਸੋਚ ਰੱਖਦਾ ਹੈ। ਦੇਖੋ ਜੀ, ਇਹ ਇਨਸਾਨ ਤੁਹਾਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਵੱਡੀ ਖੁਆਇਸ਼, ਮਤਲਬ ਕਹਿ ਲੋ ਕਿ ਤੁਸੀਂ ਹੋ ਤਾਂ ਸਭ ਕੁਛ ਹੈ ਉਹਨਾਂ ਦੇ ਵਾਸਤੇ, ਤੁਸੀਂ ਸਭ ਕੁਛ ਹੋ, ਜੇ ਤੁਸੀਂ ਹੋ ਤਾਂ ਉਹਨਾਂ ਦੀ ਲਾਈਫ ਹੈ, ਨਹੀਂ ਤਾਂ ਲਾਈਫ ਵਿੱਚ ਕੁਛ ਨਹੀਂ ਹੈ। ਕਹਿਣ ਦਾ ਮਤਲਬ ਇਹ ਇਨਸਾਨ ਤੁਹਾਨੂੰ ਇਸ ਨਿਗਾਹ ਨਾਲ ਦੇਖਦਾ ਹੈ ਕਿ ਜੇ ਤੁਸੀਂ ਉਹਨਾਂ ਨੂੰ ਆਪਣੀ ਲਾਈਫ ਵਿੱਚ ਮਿਲ ਜਾਂਦੇ ਤਾਂ ਉਹਨਾਂ ਨੂੰ ਲਾਈਫ ਵਿੱਚ ਹੋਰ ਕੁਝ ਨਹੀਂ ਚਾਹੀਦਾ ਹੈ। ਤੁਸੀਂ ਉਹਨਾਂ ਦੀ ਸਾਰੀਆਂ ਖੁਆਇਸ਼ਾਂ ਪੂਰੀ ਕਰਦੇ ਹੋ। ਕਹਿਣ ਦਾ ਮਤਲਬ ਦੁਨੀਆਂ ਦੀ, ਜੋ ਕਹਿੰਦੇ ਨਾ ਇੱਕ ਜਗ੍ਹਾ ਤੇ ਆ ਕੇ ਜਦੋਂ ਸਾਡੀ ਖੋਜ ਖਤਮ ਹੋ ਜਾਂਦੀ ਹੈ, ਉਹ ਤੁਹਾਨੂੰ ਇਸ ਤਰ੍ਹਾਂ ਦਾ ਸਮਝਦੇ ਹਨ, ਕਿਉਂਕਿ ਉਹ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰਾ ਇਨਸਾਨ ਸਮਝਦਾ ਹੈ। ਤੁਸੀਂ ਪਿਆਰੇ ਵੀ ਹੋ, ਠੀਕ ਹੈ, ਇਹ ਦਿਖਾ ਰਿਹਾ ਕਾਰਡ, ਤੁਹਾਨੂੰ ਬਹੁਤ ਜ਼ਿਆਦਾ ਪਿਆਰਾ ਇਨਸਾਨ ਸਮਝਦਾ ਹੈ, ਜੋ ਕਦੀ ਕਿਸੇ ਦਾ ਦਿਲ ਨਹੀਂ ਦੁਖਾਉਂਦਾ, ਕਦੀ ਕਿਸੇ ਦਾ ਦਿਲ ਦੁਖਾਇਆ ਵੀ ਨਹੀਂ ਹੈ, ਤੇ ਬਸ ਉਸ ਵਿਅਕਤੀ ਦੀ ਖੁਆਇਸ਼ ਹੈ, ਵਿਸ਼ ਹੈ, ਜਿਵੇਂ ਅਸੀਂ ਕੋਈ ਮਨੋਕਾਮਨਾ ਵਿਸ਼ ਮੰਗਦੇ ਹਾਂ ਤਾਂ ਉਹ ਤੁਸੀਂ ਹੋ, ਸਮਝ ਰਹੇ ਹੋ, ਬਹੁਤ ਜ਼ਿਆਦਾ ਵੈਲਿਊ ਹੈ ਉਸ ਇਨਸਾਨ ਦੀ ਤੁਹਾਡੇ ਬਾਰੇ। ਉਹਨਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਹੈ, ਰਿਸ਼ਤਿਆਂ ਦੀ ਪਹਿਚਾਨ ਹੈ, ਠੀਕ ਹੈ, ਤੇ ਉਹ ਕਿਸੇ ਵੀ ਕੀਮਤ ਤੇ ਤੁਹਾਨੂੰ ਖੋਣਾ ਨਹੀਂ ਚਾਹੁੰਦੇ, ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੁੰਦੇ, ਠੀਕ ਹੈ। ਜੇ ਖੂਬਸੂਰਤੀ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਇਨਸਾਨ ਸਮਝਦੇ ਹਨ, ਖੂਬਸੂਰਤ ਦਿਲ ਦੇ ਵੀ ਖੂਬਸੂਰਤ ਤੁਹਾਨੂੰ ਸਮਝਦੇ ਹਨ। ਜੇਕਰ ਤੁਸੀਂ ਫੀਮੇਲ ਹੋ, ਤੁਸੀਂ ਆਪਣੇ ਲਵਰ ਬਾਰੇ ਸੋਚਿਆ ਹੈ ਤਾਂ ਉਹਨਾਂ ਨੂੰ ਤੁਹਾਡੇ ਵਾਲ ਵੀ ਬੜੇ ਅੱਛੇ ਲੱਗਦੇ ਹਨ, ਤੁਹਾਡਾ ਡਰੈਸਿੰਗ ਸੈਂਸ ਉਹਨਾਂ ਨੂੰ ਪਸੰਦ ਆਉਂਦਾ ਹੈ, ਤੁਹਾਡਾ ਇਨੋਸੈਂਟ ਨੇਚਰ ਉਹਨਾਂ ਨੂੰ ਪਸੰਦ ਆਉਂਦਾ ਹੈ। ਇਹ ਜੋ ਜਾਣਕਾਰੀ ਹੈ ਮੇਲ ਫੀਮੇਲ ਦੋਨੋਂ ਵਾਸਤੇ ਹੈ। ਜੇਕਰ ਮੇਲ ਦੇਖ ਰਿਹਾ ਹੈ ਤਾਂ ਫੀਮੇਲ ਤੁਹਾਡੇ ਬਾਰੇ ਇਹ ਸੋਚਦਾ ਹੈ, ਜੇ ਫੀਮੇਲ ਦੇਖ ਰਹੀ ਹੈ ਤਾਂ ਮੇਲ ਤੁਹਾਡੇ ਬਾਰੇ ਇਹ ਸੋਚਦਾ ਹੈ। ਬਸ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਉਹਨਾਂ ਦੀ ਨਜ਼ਰਾਂ ਵਿੱਚ ਤੁਸੀਂ ਬੜੇ ਅੱਛੇ ਇਨਸਾਨ ਹੋ, ਵਾਸਤਵ ਵਿੱਚ ਵੀ ਤੁਸੀਂ ਬੜੇ ਅੱਛੇ ਇਨਸਾਨ ਹੋ, ਤੁਸੀਂ ਕਦੀ ਭੁਲਕੇ ਵੀ ਕਿਸੇ ਦੇ ਨਾਲ ਦੁਰਵਿਵਹਾਰ ਨਹੀਂ ਕਰਦੇ ਹੋ, ਕਿਸੇ ਨਾਲ ਕੁਛ ਵੀ ਗਲਤ ਨਹੀਂ ਬੋਲਦੇ ਹੋ। ਤਾਂ ਐਸੀ 3rd ਨੰਬਰ ਦੀ ਰੀਡਿੰਗ, ਜਿਨ੍ਹਾਂ ਨੇ ਵੀ ਆਪਣੇ ਮਨ ਵਿੱਚ, ਦਿਮਾਗ ਵਿੱਚ ਜਿਹੜੇ ਬੰਦੇ ਦਾ ਨਾਮ ਸੋਚ ਕੇ ਪੁੱਛਿਆ ਸੀ, ਮੈਨੂੰ ਉਮੀਦ ਹੈ ਕਿ ਤੁਹਾਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਏਗਾ ਕਿ ਉਹਨਾਂ ਦੇ ਮਨ ਵਿੱਚ ਤੁਹਾਡੇ ਵਾਸਤੇ ਕੀ ਹੈ। ਜੇਕਰ ਰੈਜ਼ੋਨੇਟ ਹੋਇਆ ਹੈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਚਲੋ ਜੀ, ਹੁਣ ਜਿਨ੍ਹਾਂ ਨੇ 4 ਨੰਬਰ ਚੁਣਿਆ ਹੈ ਉਹਨਾਂ ਦੇ ਵਾਸਤੇ ਕੀ ਸੰਦੇਸ਼ ਹੈ ਤੇ ਦੇਖਦੇ ਹਾਂ ਕੀ ਸੋਚਦੇ ਹਨ ਤੁਹਾਡੇ ਬਾਰੇ ਉਹ ਇਨਸਾਨ। ਓਕੇ, ਸਭ ਤੋਂ ਪਹਿਲੇ ਤਾਂ ਕਾਰਡ ਹੈ ਦੱਸ ਰਿਹਾ ਹੈ ਕਿ ਤੁਸੀਂ ਬਹੁਤ ਅੱਛੇ ਇਨਸਾਨ ਹੋ, ਪਰ ਬਹੁਤ ਜ਼ਿਆਦਾ ਇਸ ਵੇਲੇ ਦੁਖੀ ਹੋ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ, ਕਿਉਂਕਿ ਤੁਸੀਂ ਮਿਹਨਤ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਮਿਹਨਤ ਤੁਹਾਡੇ ਜੀਵਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਨਾ ਇੱਕ ਐਸੇ ਇਨਸਾਨ ਹੋ ਜੋ ਅੱਗੇ ਦੀ ਸੋਚਦੇ ਹੈ, ਆਸ਼ਾਵਾਦੀ, ਜਿਸ ਤਰ੍ਹਾਂ ਕਿ ਫਿਊਚਰ ਦਾ ਸੋਚਦੇ ਹਨ ਤੇ ਵਰਤਮਾਨ ਪ੍ਰੈਜੈਂਟ ਵਿੱਚ ਜੀਂਦੇ ਹਨ, ਪਾਸਟ ਵਿੱਚ ਜੋ ਵੀ ਹੋਇਆ ਤੁਹਾਡੇ ਨਾਲ ਉਹ ਹੁਣ ਬੀਤ ਚੁੱਕਿਆ ਹੈ। ਮਿਹਨਤ ਨੂੰ ਤੁਸੀਂ ਬੜੀ ਜ਼ਿਆਦਾ ਵੈਲਿਊ ਦਿੰਦੇ ਹੋ। ਕਈ ਵਾਰੀ ਹੁੰਦਾ ਨਾ ਕਿ ਇਨਸਾਨ ਲੱਕ ਦੇ, ਕਿਸਮਤ ਦੇ ਸਹਾਰੇ ਚੱਲਦਾ ਹੈ, ਪਰ ਤੁਸੀਂ ਮਿਹਨਤ ਦੇ ਸਹਾਰੇ ਚੱਲਦੇ ਹੋ।
ਓਕੇ, ਹੁਣ ਜਿਹੜਾ ਕਾਰਡ ਆਇਆ ਹੈ ਉਹ ਦੱਸ ਰਿਹਾ ਹੈ ਕਿ ਜੋ ਇਨਸਾਨ ਦੇ ਬਾਰੇ ਤੁਸੀਂ ਸੋਚਿਆ ਹੈ ਉਹ ਇਨਸਾਨ ਤੁਹਾਡੇ ਬਾਰੇ ਤੁਹਾਨੂੰ ਆਪਣਾ ਖੁਸ਼ੀ ਦਾ ਕਾਰਕ ਸਮਝਦਾ ਹੈ। ਜਦੋਂ ਵੀ ਉਹ ਇਨਸਾਨ ਦੁਖੀ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ ਨਾ, ਜਿਸ ਵੇਲੇ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੁੰਦੀ ਹੈ, ਤੇ ਤੁਹਾਡੇ ਨਾਲ ਉਹ ਗੱਲ ਕਰਕੇ ਬੜੇ ਹੀ ਜ਼ਿਆਦਾ ਖੁਸ਼ ਹੁੰਦੇ ਹਨ, ਰਿਲੈਕਸ ਮਿਲਦਾ ਹੈ ਉਹਨਾਂ ਨੂੰ, ਬੜਾ ਜ਼ਿਆਦਾ ਆਰਾਮ ਮਿਲਦਾ ਹੈ। ਇੱਕ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਦੁੱਖ ਵਿੱਚ ਹੀਲ ਕਰਦੇ ਹੋ, ਐਸਾ ਉਹ ਤੁਹਾਡੇ ਬਾਰੇ ਸੋਚਦੇ ਹਨ। ਇੱਕ ਦਵਾ, ਦਵਾਈ ਜਿਸ ਤਰ੍ਹਾਂ ਜ਼ਖਮ ਦੀ ਦਵਾਈ ਮਿਲਦੀ ਹੈ ਨਾ, ਉਹ ਤੁਸੀਂ ਕੰਮ ਕਰਦੇ ਹੋ, ਇਸ ਤਰ੍ਹਾਂ ਦੀ ਸੋਚ ਉਹ ਤੁਹਾਡੇ ਬਾਰੇ ਰੱਖਦੇ ਹਨ। ਜਦੋਂ ਵੀ ਤੁਸੀਂ ਇਹਨਾਂ ਦੀ ਜ਼ਿੰਦਗੀ ਵਿੱਚ ਆਉਂਦੇ ਹੋ ਤਾਂ ਬੜਾ ਹੀ ਖੁਸ਼ੀ ਲੈ ਕੇ, ਬੜੀ ਖੁਸ਼ੀ ਲੈ ਕੇ ਆਉਂਦੇ ਹੋ, ਮਤਲਬ ਕਹਿੰਦਾ ਕਿ ਇੱਕ ਤੁਹਾਨੂੰ ਫਰਿਸ਼ਤਾ ਸਮਝਦੇ ਹਨ, ਤੁਸੀਂ ਇੱਕ ਫਰਿਸ਼ਤਾ ਹੋ ਉਹਨਾਂ ਦੀ ਲਾਈਫ ਵਿੱਚ। ਤੇ ਜਦੋਂ ਵੀ ਉਸ ਇਨਸਾਨ ਨੂੰ ਤਕਲੀਫ ਹੁੰਦੀ ਹੈ, ਦੁੱਖ ਹੁੰਦਾ, ਪਰੇਸ਼ਾਨੀ ਹੁੰਦੀ ਹੈ, ਤਾਂ ਸਭ ਤੋਂ ਪਹਿਲੇ ਉਹ ਤੁਹਾਡੇ ਬਾਰੇ ਸੋਚਦੇ ਹਨ। ਦੇਖੋ, ਜੋ ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਜਿਸ ਇਨਸਾਨ ਬਾਰੇ ਸੋਚ ਰਹੇ ਹੋ ਕਿ ਉਸਦੇ ਮਨ ਵਿੱਚ ਕੀ ਹੈ, ਤਾਂ ਉਹ ਤੁਹਾਡਾ ਲਾਈਫ ਪਾਰਟਨਰ ਹੈ ਨਾ, ਵਿਵਾਹਿਕ, ਜੋ ਹਸਬੈਂਡ ਵਾਈਫ ਵੀ ਹੋ ਸਕਦੇ ਹਨ, ਬੁਆਏਫ੍ਰੈਂਡ, ਗਰਲਫ੍ਰੈਂਡ, ਜਾਂ ਕੋਈ ਵੀ ਇਨਸਾਨ ਜਿਸ ਦੇ ਬਾਰੇ ਤੁਸੀਂ ਸੋਚਿਆ ਹੈ ਕਿ ਉਹ ਤੁਹਾਡੇ ਬਾਰੇ ਕੀ ਸੋਚਦਾ ਹੈ, ਤਾਂ ਉਹ ਇਨਸਾਨ, ਰਿਸ਼ਤਾ ਕੋਈ ਵੀ ਹੋਵੇ, ਪਰ ਉਹ ਇਨਸਾਨ ਤੁਹਾਡੇ ਬਾਰੇ ਇਸ ਤਰ੍ਹਾਂ ਸੋਚਦਾ ਹੈ ਕਿ ਉਹ ਚਾਹੁੰਦਾ ਹੈ ਕਿ ਤੁਸੀਂ ਹੀ ਉਸਦੀ ਲਾਈਫ ਨੂੰ ਕੰਟਰੋਲ ਕਰੋ, ਠੀਕ ਹੈ, ਨੈਗੇਟਿਵ ਵੇ ਦੇ ਨਾਲ ਨਹੀਂ, ਪੋਜ਼ਿਟਿਵ ਵੇ ਦੇ ਨਾਲ। ਕਈ ਵਾਰੀ ਹੁੰਦਾ ਨਾ ਕਿ ਹਾਂ, ਜੋ ਤੂੰ ਬੋਲੋ ਬਸ ਉਹੀ ਮੈਂ ਉਹੀ ਕਰਾਂਗਾ ਜਾਂ ਉਹੀ ਕਰਾਂਗੀ, ਤੁਸੀਂ ਬੋਲੋ, ਠੀਕ ਹੈ, ਮਤਲਬ ਮੇਰੀ ਲਾਈਫ ਵਿੱਚ ਜੋ ਅੱਛਾ ਮਾੜਾ ਕਿਸ ਤਰ੍ਹਾਂ ਕਰਨਾ ਹੈ, ਕਿਸ ਤਰ੍ਹਾਂ ਲਾਈਫ ਨੂੰ ਰਸਤੇ ਤੇ ਲੈ ਕੇ ਆਉਣਾ ਹੈ, ਕਿਸ ਤਰ੍ਹਾਂ ਪ੍ਰੋਸੈਸ ਕਰਨਾ ਹੈ, ਉਹ ਸਭ ਚਾਹੁੰਦੇ ਕਿ ਉਹ ਤੁਸੀਂ ਕਰੋ, ਤੇ ਆਪਣੀ ਲਾਈਫ ਨੂੰ ਪੂਰੀ ਤਰ੍ਹਾਂ ਟੋਟਲੀ ਉਹ ਸਮਰਪਿਤ ਕਰ ਚੁੱਕੇ ਹੈ ਆਪਣੇ ਆਪ ਨੂੰ ਤੁਹਾਡੇ ਨਾਲ। ਜੋ ਵੀ ਹੈ ਚਾਰ ਨੰਬਰ ਤੁਹਾਡਾ, ਮੇਰੇ ਖਿਆਲ ਚ ਤੁਸੀਂ ਬਹੁਤ ਜ਼ਿਆਦਾ ਲੱਕੀ ਹੋ, ਜੋ ਵੀ ਪਰਸਨ ਤੁਸੀਂ ਸੋਚਿਆ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਹੈ, ਸਨਮਾਨ ਵੀ ਦਿੰਦਾ ਹੈ, ਇੱਜ਼ਤ ਵੀ ਕਰਦਾ ਹੈ। ਕਾਰਨ ਦੇ ਤੌਰ ਤੇ ਮਤਲਬ ਸਮਝ ਲਓ, ਇੱਕ ਕਾਰ ਹੈ ਤੇ ਉਹ ਚਾਹੁੰਦੇ ਹਨ ਕਿ ਉਹ ਮੇਰੀ ਲਾਈਫ ਹੈ, ਮੇਰੀ ਕਾਰ, ਤੇ ਤੁਸੀਂ ਹੀ ਉਸਨੂੰ ਡਰਾਈਵ ਕਰੋ, ਬਹੁਤ ਜ਼ਿਆਦਾ ਪਿਆਰ ਕਰਦੇ ਹਨ, ਬਹੁਤ ਜ਼ਿਆਦਾ ਇੱਜ਼ਤ ਦਿੰਦੇ ਹਨ। ਸੋ ਐਸੀ ਅੱਜ ਦੀ ਰੀਡਿੰਗ, ਜੇ ਤੁਹਾਨੂੰ ਅੱਜ ਜੋ ਤੁਸੀਂ ਜਿਸ ਬੰਦੇ ਦੇ ਬਾਰੇ ਪੁੱਛਿਆ ਸੀ ਕਿ ਉਹ ਸਾਡੇ ਬਾਰੇ ਕੀ ਸੋਚਦਾ ਹੈ, ਜੇਕਰ ਤੁਹਾਨੂੰ ਉਹ ਰੈਜ਼ੋਨੇਟ ਹੋਇਆ ਹੈ, ਤਾਂ ਪਲੀਜ਼ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦੇ ਕੇ ਜਾਣਾ, ਆਪਣੀ ਐਨਰਜੀ ਲਗਾਉਣਾ, ਤੇ ਕਲੇਮ ਜ਼ਰੂਰ ਕਰਨਾ ਪੋਜ਼ਿਟਿਵ ਐਨਰਜੀ ਵਾਸਤੇ, ਤਾਂ ਕਿ ਅਸੀਂ ਹੋਰ ਦੂਸਰੀ ਵੀਡੀਓ ਤੁਹਾਡੇ ਵਾਸਤੇ ਜਲਦੀ ਹੀ ਲੈ ਕੇ ਆਵਾਂਗੇ। ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।